ਪੰਜਾਬੀ ਰੇਡੀਓ ਯੂਐਸਐਸ ਫੋਨਰੇ ਸਾਰੇ ਸਰੋਤਿਆਂ ਨੂੰ ਮੇਰੇ ਜਗਮਉਂ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅੱਜ 29 April ਦਿਨ ਸ਼ੁੱਕਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ ਜਿਸ ਦੇ ਵਿੱਚ ਤੁਹਾਨੂੰ ਅੰਤਰਰਾਸ਼ਟਰੀ ਖਬਰਾਂ ਅਮਰੀਕਾ ਦੀਆਂ ਖਬਰਾਂ ਮੌਸਮ ਦੇ ਬਾਰੇ ਜਾਣਕਾਰੀ ਇਕਨੋਮੀ ਦੀ ਜਾਣਕਾਰੀ ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਆਪਣੇ ਸਪਾਂਸਰਸ ਦਾ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤ ਪੰਚਾਇਆ ਅੱਜ ਦੀਆਂ ਖਬਰਾਂ ਦੇ ਸਪੌਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ ਇਸ ਦੇ ਨਾਲ ਨਾਲ ਸੰਦੋਖ ਸਿੰਘ 바ਸੀ ਜੀ ਫ੍ਰੀ ਮੌਂਟ ਤੋਂ ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਗਲੋਬਸ ਤੋਂ ਅਤੇ 나జర్ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂ ਐਸ ਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 702 7698 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabireadiousa.com ਤੇ ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਜਿੱਤਨ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਡੋਨਲਡ ਟਰੰਪ ਨੂੰ ਕੈਲੀਫੋਰਨੀਆ ਦੇ ਵਿੱਚ ਆ ਕੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਜਦੋਂ ਡੋਨਲਡ ਟਰੰਪ ਸੈਨ ਫਰਾਂਸਿਸਕੋ ਦੇ ਕੋਲ ਕੈਲੀਫੋਰਨੀਆ ਰਿਪਬਲਿਕਨ ਕਨਵੈਨਸ਼ਨ ਨੂੰ ਸੰਬੋਧਿਤ ਕਰਨ ਦੇ ਲਈ ਆਏ ਤਾਂ ਉੱਥੇ ਕਾਫੀ ਸੰਖਿਆ ਦੇ ਵਿੱਚ ਲੋਕਾਂ ਨੇ ਡੋਨਲਡ ਟਰੰਪ ਦਾ ਵਿਰੋਧ ਕੀਤਾ ਅਤੇ ਡੋਨਲਡ ਟਰੰਪ ਨੂੰ ਮਜਬੂਰ ਹੋ ਕੇ ਪਿਛਲੇ ਪਾਸੇੋਂ ਦੀ ਐਂਟਰੀ ਲੈਣੀ ਪਈ। ਡੋਨਲਡ ਟਰੰਪ ਨੇ ਵੀ ਇਸ ਦੇ ਉੱਤੇ ਬੋਲਦੇ ਹੋਏ ਕਿ ਉਹਨਾਂ ਨੇ ਇਸ ਕਨਵੈਨਸ਼ਨ ਦੇ ਵਿੱਚ ਬਹੁਤ ਹੀ ਔਖ ਤੇ ਉਹਨਾਂ ਨੂੰ ਇੰਜ ਜਾਪ ਰਿਹਾ ਕਿ ਜਿਵੇਂ ਉਹ ਕਿਸੇ ਦੇਸ਼ ਦਾ ਬਾਰਡਰ ਟੱਪ ਕੇ ਆਏ ਹੋਣ ਵੀਰਵਰ ਨੂੰ ਵੀ ਡੋਨਲਡ ਟਰੰਪ ਦੀ ਹੋਈ ਇੱਕ ਰੈਲੀ ਦੇ ਦੌਰਾਨ ਕਾਸਟਮ ਮਿਸਰ ਦੇ ਵਿੱਚ ਪੁਲਿਸ ਦੀ ਇੱਕ ਪੈਟਰੋਲ ਕਾਰ ਦਾ ਪ੍ਰਦਰਸ਼ਨਕਾਰੀਆਂ ਨੇ ਸ਼ੀਸ਼ਾ ਤੋੜ ਦਿੱਤਾ ਜਿਸ ਦੇ ਕਰਕੇ ਪੁਲਿਸ ਨੇ 20 ਲੋਕਾਂ ਨੂੰ ਅਰੈਸਟ ਕੀਤਾ ਹੈ ਡੋਨਲਡ ਟਰੰਪ ਜੋ ਕਿ ਮੈਕਸੀਕੋ ਤੋਂ ਆਏ ਇਮੀਗ੍ਰੈਂਟਸ ਦਾ ਕਾਫੀ ਭਾਰੀ ਵਿਰੋਧ ਕਰ ਰਹੇ ਹਨ ਅਤੇ ਅਤੇ ਉਹਨਾਂ ਨੇ ਮੈਕਸੀਕਨ ਲੋਕਾਂ ਦੇ ਉੱਤੇ ਯੂਐਸ ਦੇ ਵਿੱਚ ਡਰੱਗ ਵੇਚਣ ਅਤੇ ਰੇਪ ਕਰਨ ਦੇ ਇਲਜ਼ਾਮ ਲਾਏ ਹਨ ਡੋਨਲਡ ਟਰੰਪ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਜਿੱਤਣ ਦੇ ਵਿੱਚ ਸਭ ਤੋਂ ਅੱਗੇ ਚਲ ਰਹੇ ਹਨ ਤੇ ਉਹਨਾਂ ਨੂੰ 1237 ਡੈਲੀਗੇਟਸ ਦੀ ਜੋ ਸੰਖਿਆ ਹੈ ਉਸ ਦੇ ਤੱਕ ਪਹੁੰਚਣ ਦੇ ਲਈ ਤਕਰੀਬਨ 250 ਡੈਲੀਗੇਟਸ ਹੋਰ ਚਾਹੀਦੇ ਹਨ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਡੈਲੀਗੇਟਸ ਦੀ ਸੰਖਿਆ ਨੂੰ ਦੇਖਦੇ ਹੋਏ ਡੋਨਲਡ ਟਰੰਪ ਨੇ ਹੁਣੇ ਤੋਂ ਹੀ ਕੈਲੀਫੋਰਨੀਆ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਇੰਡੀਆਨਾ ਦੇ ਵਿੱਚ ਪ੍ਰਾਇਮਰੀਜ਼ ਹੋਣ ਜਾ ਰਹੀਆਂ ਹਨ 3 ਮਈ ਨੂੰ ਇੰਡੀਆਨਾ ਦੇ ਵਿੱਚ ਹੋਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਰਿਪਬਲਿਕਨ ਪਾਰਟੀ ਦੇ 57 ਅਤੇ ਡੈਮੋਕ੍ਰੈਟਿਕ ਪਾਰਟੀ ਦੇ 92 ਡੈਲੀਗੇਟਸ ਹੋਣਗੇ ਜੋ ਕਿ ਆਪਣੇ ਪਾਰਟੀ ਦੇ ਕੈਂਡੀਡੇਟਸ ਨੂੰ ਸਮਰਥਨ ਦੇਣਗੇ ਰਿਪਬਲਿਕਨ ਪਾਰਟੀ ਦੇ 57 ਡੈਲੀਗੇਟਸ ਦੇ ਵਿੱਚੋਂ 30 ਡੈਲੀਗੇਟ ਸਟੇਟ ਦੇ ਵਿੱਚ ਸਭ ਤੋਂ ਵੱਧ ਵੋਟਾਂ ਜਿੱਤਣ ਵਾਲੇ ਉਮੀਦਵਾਰ ਨੂੰ ਮਿਲਣਗੇ ਅਤੇ ਬਾਕੀ 27 ਡੈਲੀਗੇਟਸ ਆਪਣੇ ਆਪਣੇ ਕੰਗਰੈਸ਼ਨਲ ਡਿਸਟ੍ਰਿਕਟ ਦੇ ਜੇਤੂ ਕੈਂਡੀਡੇਟ ਨੂੰ ਮਿਲਣਗੇ ਅਤੇ ਉਧਰ ਹੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਨਾਨ ਸੁਪਰ ਡੈਲੀਗੇਟਸ ਹੋਣਗੇ ਜੋ ਕਿ ਕਿਸੇ ਵੀ ਆਧਾਰ ਦੇ ਉੱਤੇ ਆਪਣਾ ਕੋਈ ਵੀ ਕੈਂਡੀਡੇਟ ਚੁਣ ਸਕਦੇ ਹਨ ਅਤੇ ਬਾਕੀ ਬਚੇ ਡੈਲੀਗੇਟਸ VOTING ਪਰਸੈਂਟੇਜ ਦੇ ਹਿਸਾਬ ਨਾਲ ਆਪਣੇ ਕੈਂਡੀਡੇਟ ਨੂੰ ਸਪੋਰਟ ਕਰਨਗੇ ਰਿਪਬਲਿਕਨ ਦੇ ਦੂਸਰੇ ਨੰਬਰ ਤੇ ਚੱਲ ਰਹੇ ਕੈਂਡੀਡੇਟ ਟੈਡ ਕਰੂਜ਼ ਨੂੰ ਇੰਡੀਆਨਾ ਦੇ ਗਵਰਨਰ ਨੇ ਆਪਣੀ ਸਪੋਰਟ ਦੇ ਦਿੱਤੀ ਹੈ ਇੰਡੀਆਨਾ ਦੇ ਇੱਕ ਰੇਡੀਓ ਸ਼ੋਅ ਤੇ ਉਹਨਾਂ ਨੇ ਅਨਾਉਂਸ ਕੀਤਾ ਕਿ ਉਹ ਕਿਸੇ ਦੇ ਵੀ ਅਗੇਂਸਟ ਨਹੀਂ ਹਨ ਪਰ ਉਹ ਆਪਣਾ ਸਮਰਥਨ ਟੈਡ ਕਰੂਜ਼ ਨੂੰ ਦੇ ਰਹੇ ਹਨ ਸੀਬੀਐਸ ਚੈਨਲ ਦੇ ਇੱਕ ਆਈ ਲੈਟੈਸਟ ਪੋਲਿੰਗ ਸਰਵੇ ਦੇ ਵਿੱਚ ਇੰਡੀਆਨਾ ਦੇ ਵਿੱਚ ਟੈਡ ਕਰੂਜ਼ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ ਤੇ ਉਧਰੋਂ ਹੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਹਿਲਰੀ ਕਲਿੰਟਨ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਇਸ ਨੂੰ ਦੇਖਦੇ ਹੋਏ ਜਦੋਂ ਕਿ ਦੋਨੋਂ ਹੀ ਪਾਰਟੀ ਦੀਆਂ ਨਾਮੀਨੇਸ਼ਨ ਪੱਕੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ ਤੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚੋਂ ਹੈਲਰੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਦੇ ਵਿੱਚੋਂ ਡੋਨਲਡ 트੍ਰੰਪ ਜਿੱਤ ਦੇ ਨਜ਼ਰ ਆ ਰਹੇ ਹਨ ਤਾਂ ਡੋਨਲਡ 트੍ਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਬਰਨੀ ਸੈਂਡਰਸ ਦੇ ਸਪੋਰਟਰਸ ਦੀ ਵੋਟ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਲਈ ਹੈ ਡੋਨਲਡ 트੍ਰੰਪ ਦਾ ਕੈਂਪੇਨ ਨਵੰਬਰ 2016 ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਬਰਨੀ ਸੈਂਡਰਸ ਦੇ ਸਪੋਰਟਰਸ ਦੀ ਵੋਟ ਡੋਨਲਡ 트੍ਰੰਪ ਨੂੰ ਪਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਡੋਨਲਡ 트੍ਰੰਪ ਦੇ ਕੈਂਪੇਨ ਮੈਨੇਜਰ ਕੋਰੀ ਲਵੈਂਡੋਸਕੀ ਨੇ ਕਿਹਾ ਕਿ ਬਰਨੀ ਸੈਂਡਰਸ ਨੂੰ ਵੀ ਡੈਮੋਕ੍ਰੈਟਿਕ ਪ ਕੰਦਾ ਪੂਰਾ ਸਾਥ ਮਿਲਿਆ ਹੈ ਜਿਵੇਂ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ 트ੰਪ ਨੂੰ ਮਿਲਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਦੋਨੋਂ ਹੀ ਕੈਂਡੀਡੇਟ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਕ੍ਰਪਟ ਲੀਡਰਸ ਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਨ ਅਤੇ ਦੋਨਾਂ ਦੀਆਂ ਰੈਲੀਆਂ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਰਸ਼ ਦੇਖਣ ਨੂੰ ਮਿਲਿਆ ਹੈ ਉਧਰੋਂ ਹੈਲਰੀ ਕਲਿੰਟਨ ਦੇ ਕੈਂਪੇਨ ਨੇ ਵੀ ਹੁਣ ਨਵੰਬਰ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਹੁਣ ਡੋਨਲਡ 트ੰਪ ਦੇ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਰਹੇ ਹਨ ਗਨ ਕੰਟਰੋਲ ਨੂੰ ਲੈ ਕੇ ਚੱਲੇ ਭਾਰੀ ਵਿਵਾਦ ਤੋਂ ਬਾਅਦ ਹੁਣ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਲਾਅ ਇਨਫੋਰਸਮੈਂਟ ਦੇ ਲਈ 스마트 ਗਨਸ ਦਾ ਪ੍ਰਪੋਜ਼ਲ ਲੈ ਕੇ ਆ ਰਹੀ ਹੈ ਵਾਈਟ ਹਾਊਸ ਦੀ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਕੁਝ ਸੁਝਾਅ ਭੇਜੇ ਹਨ ਜਿਸ ਦੇ ਤਹਿਤ ਹਥਿਆਰਾਂ ਦੇ ਇਲੀਗਲ ਯੂਜ਼ ਨੂੰ ਟਰੈਕ ਕਰਨਾ ਫੈਡਰਲ ਅਤੇ ਸਟੇਟ ਲੋਕਲ ਏਜੰਸੀਜ਼ ਦੇ ਲਈ ਸੌਖਾ ਹੋ ਜਾਵੇਗਾ ਅਤੇ ਉਹ ਇਹ ਵੀ ਸੁਝਾਅ ਲੈ ਕੇ ਆ ਰਹੀ ਹੈ ਕਿ ਕਿਵੇਂ ਇਹਨਾਂ 스마트 ਗਨਸ ਨੂੰ ਵੇਚਣ ਦੇ ਲਈ ਉਪਲਬਧ ਕਰਵਾਇਆ ਜਾਵੇ ਇਸ ਪ੍ਰਪੋਜ਼ਲ ਦੇ ਵਿੱਚ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਉਹਨਾਂ ਰੇ ਲੋਕਾਂ ਦੀ ਜੋ ਕਿ ਮੈਂਟਲ ਹੈਲਥ ਪ੍ਰੋਬਲਮਸ ਨਾਲ ਜੂਝ ਰਹੇ ਹਨ ਉਹਨਾਂ ਦੀ ਰਿਪੋਰਟ FBI ਦੇ ਨੈਸ਼ਨਲ ਕ੍ਰਿਮੀਨਲ ਬੈਕਗਰਾਉਂਡ ਚੈੱਕ ਸਿਸਟਮ ਨੂੰ ਦਵੇਗੀ ਇਸ ਦੇ ਉੱਤੇ ਬੋਲਦੇ ਹੋਏ ਵਾਈਟ ਹਾਊਸ ਦੇ ਪ੍ਰੈਸ ਸੈਕ੍ਰੇਟਰੀ ਜੋਸ਼ ਅਰਨੇਸ ਨੇ ਕਿਹਾ ਹੈ ਕਿ ਜਿਵੇਂ ਕਿ ਆਟੋ ਇੰਡਸਟਰੀ ਦੇ ਵਿੱਚ ਅੱਜ ਦੇ ਦਿਨ ਕੁਝ ਨਾ ਕੁਝ ਇਨੋਵੇਟਿਵ ਹੋ ਰਿਹਾ ਹੈ ਤੇ ਨਵੀਆਂ ਤਕਨੀਕ ਦੇ ਰਾਹੀਂ ਵਹੀਕਲਸ ਨੂੰ ਹੋਰ ਸੇਫ ਬਣਾਇਆ ਜਾ ਰਿਹਾ ਹੈ ਉਵੇਂ ਹੀ ਗਨ ਇੰਡਸਟਰੀ ਨੂੰ ਵੀ ਨਵੀਂ ਤਕਨੀਕ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਕਦਮ ਦੇ ਵੱਲ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਨੇ ਹੋਰ ਜ਼ੋਰ ਹੁੰਦੇ ਹੋਏ ਕਿ ਅੱਜ ਦੇ ਯੁੱਗ ਦੇ ਵਿੱਚ ਲਗਭਗ ਹਰ ਇੰਡਸਟਰੀ ਦੇ ਵਿੱਚ ਨਵੀਆਂ ਤਕਨੀਕਾਂ ਦਾ ਇਸਤੇਮਾਲ ਹੋ ਰਿਹਾ ਹੈ ਅਤੇ ਉਹ ਅਤੇ ਉਹ ਹਰ ਜਗ੍ਹਾ ਬਹੁਤ ਵਧੀਆ ਰਿਜ਼ਲਟ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ 스마트 ਗਨ ਨੂੰ ਸਿਰਫ ਅਥੋਰਾਈਜ਼ ਬੰਦਾ ਹੀ ਚਲਾ ਸਕੇਗਾ ਅਤੇ ਜੇਕਰ ਉਹ ਚੋਰੀ ਦੀ ਗਨ ਹੈ ਜਾਂ ਫਿਰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਉਸ ਦੇ ਹੱਥ ਦੇ ਵਿੱਚ ਨਹੀਂ ਚੱਲੇਗੀ। ਹਾਲਾਂਕਿ ਜਰਮਨੀ ਦੀ ਇੱਕ ਕੰਪਨੀ ਨੇ ਅਮਰੀਕਾ ਦੇ ਵਿੱਚ 2 ਸਾਲ ਪਹਿਲਾਂ 스마트 ਗਨਸ ਵੇਚਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਪ੍ਰੋਸੈਸ ਅਜੇ ਟੈਸਟਿੰਗ ਦੇ ਵਿੱਚ ਚੱਲ ਰਿਹਾ ਹੈ ਇਸ ਦੇ ਵਿੱਚ ਸੈਂਸਰਜ਼ ਲਾਏ ਜਾਣਗੇ ਜਿਨ੍ਹਾਂ ਦੇ ਨਾਲ ਇਹ ਖਿਆਲ ਰੱਖਿਆ ਜਾਵੇਗਾ ਕਿ ਜਿਨ੍ਹਾਂ ਹੱਥਾਂ ਦੇ ਵਿੱਚ ਇਹ ਗਨ ਚੱਲ ਰਹੀ ਹੈ ਉਸ ਉਸ ਗਨ ਨੂੰ ਚਲਾਉਣ ਦੇ ਲਈ ਅਥਾਰਾਈਜ਼ ਹਨੀਆਂ ਨਹੀਂ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਇਸ ਦੇ ਨਾਲ ਹੋਣ ਵਾਲੀਆਂ ਖੁਦਖੁਸ਼ੀਆਂ ਦੇ ਮਾਮਲੇ ਦੇ ਵਿੱਚ ਅਤੇ ਰੋਬਰੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਵੇਗਾ ਐਕਸਸ ਦੀ ਹਾਊਸਟਨ ਸਿਟੀ ਨੂੰ ਲੋਕਲ ਕਲੀਨ 에ਅਰ ਲਾਅ ਬਣਾਉਣ ਦੇ ਤਹਿਤ ਹਾਈ ਕੋਰਟ ਵੱਲੋਂ ਇੱਕ ਵੱਡਾ ਤੱਕਾ ਪਹੁੰਚਿਆ ਹੈ ਅਮਰੀਕਾ ਦੀ ਚੌਥੀ ਸਭ ਤੋਂ ਵੱਡੀ ਸਿਟੀ ਹਾਊਸਟਨ ਨੇ 2008 ਦੇ ਵਿੱਚ ਇੱਕ ਲਾਅ ਪਾਸ ਕੀਤਾ ਸੀ ਜਿਸ ਦੇ ਤਹਿਤ ਜਿਸ ਦੇ ਤਹਿਤ ਕਿਸੇ ਵੀ ਬਿਜ਼ਨਸ ਨੂੰ ਪੋਲੂਸ਼ਨ ਪ੍ਰੋਡਿਊਸ ਕਰਨ ਦੇ ਉੱਤੇ ਕਾਫੀ ਭਾਰੀ ਫੀਸ ਦੇਣੀ ਪੈਂਦੀ ਸੀ ਇਸ ਲਾਅ ਦੇ ਤਹਿਤ ਉਹ ਜਿੰਨੇ ਟਾਈਪ ਦਾ ਪੋਲੂਸ਼ਨ ਉਸ ਬਿਜ਼ਨਸ ਸਾਈਟ ਤੋਂ ਨਿਕਲੇਗਾ ਉਸ ਦੇ ਹਿਸਾਬ ਨਾਲ ਸਭ ਦੀ ਅੱਡੜ ਫੀਸ ਉਸ ਨੂੰ ਭਰਨੀ ਪੈਂਦੀ ਸੀ ਸਿਟੀ ਦਾ ਤਰਕ ਸੀ ਕਿ ਉਹ ਫੀਸ ਹਵਾ ਦੇ ਵਿੱਚ ਪ੍ਰਦੂਸ਼ਣ ਵਧਾਉਣ ਵਾਲੇ ਕਾਰਨਾਂ ਦੀ ਜਾਂਚ ਕਰਨ ਦੇ ਵਿੱਚ ਲਾਵੇਗੀ ਹਾਉਸਟਨ ਦੇ ਵਿੱਚ ਕਾਫੀ ਵੱਡੇ ਲੈਵਲ ਦੇ ਉੱਤੇ ਪੈਟਰੋ케ਮੀਕਲ ਇੰਡਸਟਰੀ ਸਥਿਤ ਹੈ ਜਿਨ੍ਹਾਂ ਨੇ ਕਿ ਹਾਉਸਟਨ ਸਿਟੀ ਦੇ ਖਿਲਾਫ ਕੋਰਟ ਦੇ ਵਿੱਚ ਇਸ ਲਾਅ ਨੂੰ ਲੈ ਕੇ ਅਪੀਲ ਦਾਇਰ ਕੀਤੀ ਸੀ ਪੈਟਰੋ케ਮੀਕਲ ਇੰਡਸਟਰੀਜ਼ ਦਾ ਕਹਿਣਾ ਸੀ ਕਿ ਇਹ ਲਾਅ ਪਾਸ ਕਰਦੇ ਹੋਏ ਸਿਟੀ ਆਪਣੀ ਕਾਨੂੰਨੀ ਸੀਮਾ ਤੋਂ ਅੱਗੇ ਲੰਘ ਰਹੀ ਹੈ ਕਾਫੀ ਲੰਬੇ ਚੱਲੇ ਆ ਰਹੇ ਇਸ ਕੇਸ ਦੇ ਵਿੱਚ ਕੋਰਟ ਨੇ ਹੁਣ ਸਿਟੀ ਦੇ ਖਿਲਾਫ ਇੰਡਸਟਰੀਜ਼ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਪਾਸ ਕਰਨਾ ਗੈਰ ਕਾਨੂੰਨੀ ਹੈ ਨਾਰਵੇ ਦੇ ਵਿੱਚੋਂ ਇੱਕ ਆਇਲ ਸਾਈਟ ਦੇ ਉੱਤੋਂ ਪੈਸੇਂਜਰਜ਼ ਨੂੰ ਲੈ ਕੇ ਆ ਰਿਹਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਦੇ ਕਰਕੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਨ 13 ਦੇ ਵਿੱਚੋਂ 11 ਨਾਰਵੇ ਦੇ ਨਾਗਰਿਕ ਸਨ ਅਤੇ ਇੱਕ ਬ੍ਰਿਟਿਸ਼ ਅਤੇ ਇੱਕ ਇਟਲੀ ਦਾ ਨਾਗਰਿਕ ਸੀ। ਅਥਾਰਟਿਜ਼ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਅਤੇ ਕਈ ਘੰਟੇ ਚੱਲੀ ਖੋਜ ਤੋਂ ਬਾਅਦ 11 ਡੈੱਡ ਬਾਡੀਜ਼ ਮਿਲੀਆਂ ਹਨ ਅਤੇ ਬਾਕੀ ਦੋ ਨੂੰ ਮਰਿਆ ਹੋਇਆ ਕੋਸ਼ਿਸ਼ ਕਰ ਦਿੱਤਾ ਗਿਆ ਹੈ। ਨਾਰਵੇ ਅਤੇ ਬ੍ਰਿਟੇਨ ਨੇ ਇਸ ਟਾਈਪ ਦੇ ਬਾਕੀ ਸਾਰੇ ਹੈਲੀਕਾਪਟਰਸ ਨੂੰ ਉਡਾਨ ਭਰਨ ਤੋਂ ਸਸਪੈਂਡ ਕਰ ਦਿੱਤਾ ਹੈ 에어ਬਸ ਕੰਪਨੀ ਦਾ ਇਹ ਹੈਲੀਕਾਪਟਰ H225 ਜੋ ਕਿ ਜ਼ਿਆਦਾਤਰ ਆਇਲ ਇੰਡਸਟਰੀ ਦੇ ਦੁਆਰਾ ਹੀ ਯੂਜ਼ ਕੀਤਾ ਜਾਂਦਾ ਹੈ ਮਿਲਪੀਟਸ ਦੇ ਵਿੱਚ ਪੁਲਿਸ ਹੋਈ ਇੱਕ ਸ਼ੂਟਿੰਗ ਦੀ ਘਟਨਾ ਦੇ ਵਿੱਚ ਜਿਸ ਦੇ ਵਿੱਚ ਪੁਲਿਸ ਅਫਸਰ ਵੀ ਸ਼ਾਮਿਲ ਹੈ ਉਸ ਦੀ ਜਾਂਚ ਕਰ ਰਹੀ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਅੱਜ ਸਵੇਰੇ ਇੱਕ ਸਿਡਾਨ ਕਾਰ ਨੂੰ ਇੱਕ ਪਾਰਕਿੰਗ ਲੋਟ ਦੇ ਵਿੱਚ ਮਿਲਪੀਟਸ ਦੇ ਇੱਕ ਪੁਲਿਸ ਅਫਸਰ ਨੇ ਰੋਕਿਆ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਕਾਰ ਦੇ ਵਿੱਚੋਂ ਨਿਕਲ ਕੇ ਭੱਜ ਲਿਆ ਉਸ ਤੋਂ ਥੋੜੀ ਜਿਹੀ ਦੇਰ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸੇ ਦੌਰਾਨ ਹੀ ਉਸ ਵਿਅਕਤੀ ਨੂੰ ਪੁਲਿਸ ਅਫਸਰ ਨੇ ਗੋਲੀ ਮਾਰੀ ਡਾਕਟਰਸ ਨੇ ਦੱਸਿਆ ਕਿ ਉਸ ਦੀ ਹਾਲਤ ਬਿਲਕੁਲ ਸਥਿਰ ਹੈ ਅਤੇ ਉਸ ਨੂੰ ਕੋਈ ਵੀ ਲਾਈਫ ਥ੍ਰੈਟਨਿੰਗ ਸਟਾ ਵੱਜੀਆਂ ਹਨ ਵਿਅਕਤੀ ਜਿਸ ਨੂੰ ਗੋਲੀ ਵੱਜੀ ਸੀ ਉਸ ਦੀ ਉਮਰ 27 ਸਾਲ ਹੈ ਅਤੇ ਉਹ ਸੈਨੋਜ਼ੇ ਦਾ ਨਿਵਾਸੀ ਹੈ ਪੁਲਿਸ ਨੇ ਦੱਸਿਆ ਕਿ ਉਸ ਦੇ ਖਿਲਾਫ ਤਿੰਨ ਗੈਰ ਜਮਾਨਤੀ ਵਰਾਂਟ ਜਾਰੀ ਹਨ ਪੁਲਿਸ ਨੇ ਇਹ ਵੀ ਦੱਸਿਆ ਕਿ ਉਸ ਘਟਨਾ ਸਥਲ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਮਹੱਤਪਟ ਮਾਈਨ ਅਤੇ ਕੈਸ਼ ਮਿਲਿਆ ਪੁਲਿਸ ਨੇ ਹਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਕਿਹੜੇ ਕਾਰਨਾਂ ਦੇ ਕਾਰਨ ਪੁਲਿਸ ਅਫਸਰ ਨੂੰ ਉਸ ਵਿਅਕਤੀ ਦੇ ਉੱਤੇ ਗੋਲੀ ਚਲਾਉਣੀ ਪਈ ਪੁਲਿਸ ਨੇ ਦੱਸਿਆ ਕਿ ਉਸ ਮਾਮਲੇ ਦੇ ਵਿੱਚ ਹਜੇ ਜਾਂਚ ਕਰ ਰਹੀ ਹੈ ਅਤੇ ਜਦੋਂ ਸਾਰੀ ਜਾਂਚ ਪੂਰੀ ਹੋ ਜਾਵੇਗੀ ਤਾਂ ਉਹ ਇਸ ਗੱਲ ਦੀ ਜਾਣਕਾਰੀ ਮੀਡੀਆ ਦੇ ਵਿੱਚ ਸਾਂਝਾ ਕਰਨਗੇ ਇਸ ਨਾਲ ਅਜ ਦੀਆਂ ਕੁਝ ਖਾਸ ਖਬਰਾਂ ਹੁਣ ਵਾਦਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ ਸ਼ਨੀਵਾਰ ਨੂੰ ਸੈਨੋਡੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 80 ਡਿਗਰੀ ਅਤੇ ਲੋ ਟੈਂਪਰੇਚਰ 54 ਡਿਗਰੀ ਸੈਨ ਫਰਾਂਸਿਸਕੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ ਸੈਕਰਮੈਂਟੋ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ ਸਟਾਕਟਨ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ ਟ੍ਰੇਸੀ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ ਮੋਡੇਸਟੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਉਹਦੇ ਵਿੱਚ 81 ਡਿਗਰੀ ਹੈ ਤੇ ਰਾਤ ਨੂੰ 55 ਡਿਗਰੀ ਲਓ ਬੇਕਰਸਫੀਲਡ ਦੇ ਵਿੱਚ 70 ਡਿਗਰੀ ਹੈ ਤੇ ਰਾਤ ਨੂੰ 57 ਡਿਗਰੀ ਲਓ ਲਾਸ ਐਂਜਲਸ ਦੇ ਵਿੱਚ 69 ਡਿਗਰੀ ਹੈ ਤੇ ਰਾਤ ਨੂੰ 55 ਡਿਗਰੀ ਲਓ ਟਰੱਕੀ ਦੇ ਵਿੱਚ 56 ਡਿਗਰੀ ਹੈ ਤੇ ਰਾਤ ਨੂੰ 34 ਡਿਗਰੀ ਲਓ ਸਾਊਥ ਲੇਕ ਟਾਹੋ ਦੇ ਵਿੱਚ 52 ਡਿਗਰੀ ਹੈ ਤੇ ਰਾਤ ਨੂੰ 33 ਡਿਗਰੀ ਲਓ ਇੱਥੇ ਸਵੇਰ ਦੇ ਸਮੇਂ ਬਰਫਬਾਰੀ ਹੋਣ ਦਾ ਅਨੁਮਾਨ ਹੈ ਪੋਰਟਲੈਂਡ ਓਰੇਗਨ ਦੇ ਵਿੱਚ 70 ਡਿਗਰੀ ਹੈ ਤੇ ਰਾਤ ਨੂੰ 45 ਡਿਗਰੀ ਲਓ ਸੈਟਲ ਦੇ ਵਿੱਚ 65 ਡਿਗਰੀ ਹੈ ਤੇ ਰਾਤ ਨੂੰ 48 ਡਿਗਰੀ ਲਓ ਫਲੈਗਸਟਾਫ ਅਰੀਜ਼ੋਨਾ ਦੇ ਵਿੱਚ 48 ਡਿਗਰੀ ਹੈ ਮੀ ਪਵੇਗਾ ਸੌਟਰਲਿਕਸਿਟੀ ਯੂਟਾ ਦੇ ਵਿੱਚ 64 ਡਿਗਰੀ ਹੈ ਜੇ ਰਾਤ ਨੂੰ 45 ਡਿਗਰੀ ਲੋ ਚਿਕਾਗੋ ਦੇ ਵਿੱਚ 51 ਡਿਗਰੀ ਹੈ ਤੇ ਰਾਤ ਨੂੰ 40 ਡਿਗਰੀ ਲੋ ਇੱਥੇ ਵੀ ਕੱਲ ਤੇਜ਼ ਹਵਾ ਦੇ ਨਾਲ ਅਮੀ ਪਵੇਗਾ ਨਿਊਯਾਰਕ ਦੇ ਵਿੱਚ 68 ਡਿਗਰੀ ਹੈ ਜੇ ਰਾਤ ਨੂੰ 50 ਡਿਗਰੀ ਲੋ ਬੱਦਲਵਾਈ ਬਣੀ ਰਹੇਗੀ ਟੋਰਾਂਟੋ ਦੇ ਵਿੱਚ 11 ਡਿਗਰੀ ਸੈਲਸੀਅਸ ਹੈ ਜੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਵਿਨੀਪੈਗ ਦੇ ਵਿੱਚ 16 ਡਿਗਰੀ ਸੈਲਸੀਅਸ ਹੈ ਜੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਕੈਲਗਰੀ ਦੇ ਵਿੱਚ 14 ਡਿਗਰੀ ਸੈਲਸੀਅਸ ਹੈ ਜੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਵੈਨਕੂਵਰ ਦੇ ਵਿੱਚ 18 ਡਿ ਅੰਮ੍ਰਿਤਸਰ ਦੇ ਵਿੱਚ ਅਕਾਇਲੀ ਡਿਗਰੀ ਹੈ ਜਿਹੜਾ ਇਸ ਤਰਾਤ ਨੂੰ 1 ਡਿਗਰੀ ਲੋ ਮੈਲਬਨ ਆਸਟ੍ਰੇਲੀਆ ਦੇ ਵਿੱਚ 23 ਡਿਗਰੀ ਸੈਲਸੀਅਸ ਹੈ ਇਸ ਤਰਾਤ ਨੂੰ 15 ਡਿਗਰੀ ਸੈਲਸੀਅਸ ਲੋ ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹੈ ਇਸ ਤਰਾਤ ਨੂੰ 2 ਡਿਗਰੀ ਸੈਲਸੀਅਸ ਲੋ ਬਰਲਿੰਡ ਦੇ ਵਿੱਚ 18 ਡਿਗਰੀ ਸੈਲਸੀਅਸ ਹੈ ਇਸ ਤਰਾਤ ਨੂੰ 7 ਡਿਗਰੀ ਸੈਲਸੀਅਸ ਲੋ ਅਤੇ ਪੈਰਿਸ ਦੇ ਵਿੱਚ 10 ਡਿਗਰੀ ਸੈਲਸੀਅਸ ਹੈ ਇਸ ਤਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ ਜੀ ਏਸੀਜੀ ਮੌਸਮ ਦੀ ਜਾਣਕਾਰੀ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ ਸ਼ੁੱਕਰਵਾਰ ਨੂੰ ਡਾਉ ਜੋਨਸ ਅੰਕਾਂ ਦੀ ਗਰਾਫਟ ਦੇ ਨਾਲ 4775.36 ਤੇ ਬੰਦ ਹੋਇਆ ਐਸ ਐਂਡ ਪੀ 10 ਅੰਕਾਂ ਦੀ ਗਰਾਫਟ ਦੇ ਨਾਲ 2065.30 ਤੇ ਬੰਦ ਹੋਇਆ ਅਤੇ ਵੈਲਸ਼ਰ 520 ਅੰਕਾਂ ਦੀ ਗਰਾਫਟ ਦੇ ਨਾਲ 2370.98 ਤੇ ਬੰਦ ਹੋਇਆ ਜੀ ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਯੂ ਐਸ ਡਾਲਰ ਦੀ ਕੀਮਤਰੀ 68 ਰੁਪਏ 42 ਪੈਸੇ ਇੱਕ ਕੈਨੇਡੀਅਨ ਡਾਲਰ ਦੀ ਕੀਮਤਰੀ 52 ਰੁਪਏ 92 ਪੈਸੇ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤਰੀ 97 ਰੁਪਏ 5 ਪੈਸੇ ਇੱਕ ਯੂਰੋ ਦੀ ਕੀਮਤਰੀ 76 ਰੁਪਏ 4 ਪੈਸੇ ਆਸਟ੍ਰੇਲੀਅਨ ਡਾਲਰ ਦੀ ਕੀਮਤਰੀ 50 ਰੁਪਏ 53 ਪੈਸੇ ਨਿ 1 ਡਾਲਰ ਦੀ ਕੀਮਤਰੀ 40 ਰੁਪਏ 37 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤਰੀ 49 ਰੁਪਏ 41 ਪੈਸੇ, ਬਹਿਰੈਨੀ ਦਿਨਾਰ ਦੀ ਕੀਮਤਰੀ 176 ਰੁਪਏ 12 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤਰੀ 220 ਰੁਪਏ 18 ਪੈਸੇ। ਸੋਨੇ ਦਾ ਰੇਟ 1292.76 ਸੈਂਟ ਪਰ ਆunਸ ਰਿਆ ਅਤੇ ਚਾਂਦੀ 17 ਡਾਲਰ 81 ਸੈਂਟ ਪਰ ਆunਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕ ਜਾਂ ਸੌਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabi-radio-usa.com ਤੇ ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੁੰਦੇਰੋ ਜੀ ਪੰਜਾਬੀ ਰੇਡੀਓ ਯੂ ਐਸ ਏ